ਘੈਂਟ ਲੱਗਦੇ ਆ ਨਾ ਨਜ਼ਾਰਾ ਬੰਨਿਆ ਪਿਆ ਨਜ਼ਾਰਾ ਬਾਥਰੂਮ ਕਰਾਏਗਾ ਫਿਰ ਬਾਥਰੂਮ ਮੈਂ ਫੜ ਕੇ ਕਰਾਉਣਾ ਲੱਗਦਾ ਹੁੰਦਾ ਹੁਣ ਬਣਾਉਣਾ ਹੁੰਦਾ ਕਹਿ ਰਿਹਾ ਕਰ ਚਿੰਗਾ ਬੋਲਦਾ ਸਿੱਧੂ ਮੂਸੇਵਾਲਾ ਜੋ ਗਾਉਂਦਾ ਸੀ ਉਹ ਬੰਦਾ ਵੀ ਉਹੋ ਜਿਹਾ ਸੀ ਅਸੀਂ ਗਾਲਾਂ ਮੇ ਤੋਂ ਫੜ ਕੇ ਬੰਦਾ ਥੱਲੇ ਲਾ ਲਈਦਾ ਠੀਕ ਆ ਗੋਲੀ ਤਾਂ ਰੱਖੋ ਬਾਥਰੂਮ ਕਰ ਦਿੱਤਾ ਨਹੀਂ ਨਾ 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 ਮੱਖਣਾ ਵੈਲਕਮ ਆ ਜੀ ਤੁਹਾਡਾ ਸਾਡੇ ਬਲੌਗ ਦੇ ਵਿਚ ਡੂਬਰੋ ਬਲੌਗ ਸਾਡੇ ਚੈਨਲ ਦਾ ਨਾਮ ਆ ਇਹ ਤੁਹਾਡਾ ਛੋਟਾ ਬਾਈ ਤੇ ਮੈਂ ਇਹਦਾ ਵੱਡਾ ਬਾਈ ਤੇ ਤੁਹਾਡਾ ਵੀ ਵੱਡਾ ਬਾਈ ਹੈ ਨਾ ਅਤੇ ਗੱਲ ਹੈਗੀ ਇੱਦਾਂ ਆਪਣੇ ਸਬਸਕ੍ਰਾਈਬਰ ਔਰ ਚੈਨਲ ਦੀ ਗਰੋਥ ਅੱਛੀ ਜਾ ਰਹੀ ਆ ਵਧੀਆ ਜਾ ਰਹੀ ਆ ਔਰ ਅਨਐਕਸਪੈਕਟਡ ਸੀਗਾ ਮਤਲਬ ਹੁਣ ਤੱਕ ਲੇਕਿਨ ਸਾਰਾ ਪੋਸੀਬਲ ਹੁੰਦਾ ਜਾ ਰਿਹਾ ਠੀਕ ਹੈ ਜੀ ਅਤੇ ਦੂਜੀ ਗੱਲ ਅੱਜ ਕੱਲ੍ਹ ਛੋਟਾ ਬਿਜ਼ੀ ਹੁੰਦਾ ਤਾਂ ਕਰਕੇ ਬੰਦਾ ਥੱਕਿਆ ਆ ਰਿਹਾ ਜਾਂ ਲੱਗਦਾ ਸ਼ਕਲ ਤੋਂ ਵੀ ਅੱਜ ਥੱਕਿਆ ਥੱਕਿਆ ਲੱਗਦਾ ਬਾਥਰੂਮ ਨਹੀਂ ਕਰਨ ਦਿੱਤਾ ਨਹੀਂ ਇਹ ਆਇਆ ਸੀ ਆਹਦੀ ਡਿਊਟੀ ਤੋਂ ਬਾਈ ਕੰਮ ਕਾਰ ਖਤਮ ਕਰਕੇ ਅਤੇ ਜਦੋਂ ਆਇਆ ਤਾਂ ਮੈਂ ਇਹਨੂੰ ਰਾਸਤੇ 'ਚ ਕਾਲ ਕਰਦਾ ਮੈਂ ਕਿਹਾ ਮੈਂ ਵੀ ਚੱਲਿਆ ਹੀ ਹਾਂ ਅਤੇ ਮੈਨੂੰ ਛੱਡ ਦੀ ਇੱਥੇ ਤੱਕ ਕਹਿੰਦਾ ਚੱਲ ਠੀਕ ਆ ਮੈਂ ਨਾਲ ਲਿਆ ਇਹਨੇ ਕਰਨਾ ਸੀ ਮੂਤਰ ਵਿਸਰਜਣ ਲੇਕਿਨ ਉਹ ਹੋਇਆ ਨਹੀਂ ਟਾਈਮ 'ਤੇ ਤਾਂ ਕਰਕੇ ਔਖਾ ਹੋਇਆ ਬੈਠਾ ਹੈ ਹੁਣ ਬੰਦਾ ਬੋਲੇ ਜਾਂ ਦੋਨੇ ਚੀਜ਼ਾਂ ਕਰ ਲਈ ਹਿਸਾਬ ਹੀ ਨਾ ਤੇ ਕੂਲਰ ਪੀ ਜਾਣੇ ਦੀ ਆਪਾਂ ਰੀਲ ਮਤਲਬ ਵੀਡੀਓ ਪਾਈ ਆ ਦੇਖ ਲਿਓ ਜਾ ਕੇ ਯਾਰ ਬੜਾ ਪਿਆਰ ਦਿੱਤਾ ਉਹ ਬਹੁਤ ਚੱਲੀ ਆ ਵੀਡੀਓ ਮੈਂ ਕਹਿੰਦਾ ਕੂਲਰ ਪੀਜ਼ੇ ਵਾਲੀ ਚੱਲੀ ਆਪਣੀ 60-70 ਹਜ਼ਾਰ ਤੇ ਇੰਸਟਾ ਤੇ ਸ਼ਹੀਦ ਭਗਤ ਸਿੰਘ ਅਮਰੂਦ ਤੋੜਨ ਗਿਆ ਦਰਖਤ ਤੋਂ ਉੱਥੇ ਸੀ ਉਹਨਾਂ ਦੇ ਹਿਸਾਬ ਨਾਲ ਆ ਹੋਈ ਆ ਗੱਲਬਾਤ ਉਹ ਵੀ ਲੱਕ ਚੱਲ ਗਈ ਤੇ ਹਾਂ ਮਜ਼ਾ ਆ ਗਿਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦੇਖਣ ਵਾਲਿਆਂ ਦਾ ਕਮੈਂਟ ਕਰਨ ਵਾਲਿਆਂ ਦਾ ਹਾਂ ਤੇ ਅੱਜ ਇੱਕ ਹੋਰ ਫਿਰ ਨਵਾਂ ਟੌਪਿਕ ਤੁਹਾਨੂੰ ਨਵਾਂ ਨਹੀਂ ਹੈਗਾ ਪੁਰਾਣਾ ਹੀ ਆ ਲੇਕਿਨ ਬੰਦਾ ਨਵਾਂ ਫੇਸ ਨਵਾਂ ਅਤੇ ਆਪਣੀ ਵੀਡੀਓ ਦੇ ਵਿੱਚ ਸਟਾਰਟਿੰਗ ਦੇ ਵਿੱਚ ਬੋਲ ਕੇ ਹਟਿਆ ਨਾ ਨਾ ਮਿੱਠਿਆ ਨਾ ਝੋਟਾ ਤਾਂ ਯਾਦ ਆਉਂਦਾ ਹੀ ਹੁਣ ਹੈ ਨਾ ਉਹ ਬੰਦਾ ਸੀਗਾ ਅੜ ਗਿਆ ਅਤੇ ਆਪਾਂ ਪਹਿਲਾਂ ਵੀ ਆਪਣੇ ਵਲੌਗਾਂ ਦੇ ਵਿੱਚ ਦੱਸਿਆ ਵੀਡੀਓ ਦੇ ਵਿੱਚ ਆਪਾਂ ਹੈ ਨਾ ਬਹੁਤ ਵਾਰੀ ਐਵੀਡੈਂਸ ਲਈ ਐਲੀ ਮੰਗਟ ਦਾ ਵਲੌਗ ਦੇਖ ਲਿਓ ਜਿਹੜਾ ਅਸੀਂ ਪਾਇਆ ਉਹਦੇ 'ਤੇ ਅਤੇ ਹੋਰ ਵੀ ਆ ਕਾਫੀ ਗਿੱਪੀ ਗਰੇਵਾਲ ਦਾ ਦੇਖ ਲਿਓ ਕਰਨ ਔਜਲੇ ਦਾ ਦੇਖ ਲਿਓ ਅਤੇ ਜਿਹਦੇ ਬਾਰੇ ਆਪਾਂ ਮਤਲਬ ਆਪਦੇ ਦਿਲ ਦੀਆਂ ਗੱਲਾਂ ਪੁਆਇੰਟ ਆਫ ਵਿਊ ਰੱਖਦੇ ਹਾਂ ਇਹ ਨਹੀਂ ਹੈ ਕਿ ਨਫ਼ਰਤ ਆ ਸਾਰਿਆਂ ਨਾਲ ਜਾਂ ਨਫ਼ਰਤ ਕਰਦੇ ਹਾਂ ਅਸੀਂ ਕਿਸੇ ਨੂੰ ਗੱਲ ਇਹ ਆ ਕਿ ਵੀ ਜਦੋਂ ਆਪਾਂ ਸੋਚ ਲਈਏ ਵੀ ਇਹ ਸੇਕ ਵੀ ਅੱਗ ਦੂਰੋਂ ਵੀ ਉਹ ਤਾਂ ਉਹਨਾਂ ਦੇ ਘਰ ਲੱਗੀ ਆ ਸਾਡੇ ਘਰ ਤੱਕ ਸੇਕ ਸਾਡਾ ਘਰ ਤਾਂ ਬਹੁਤ ਦੂਰ ਆ ਹਲੇ ਸੇਕ ਆਉਣਾ ਨਹੀਂ ਸੇਕ ਪਹੁੰਚੂ ਇਹ ਕਦੇ ਵੀ ਕਿਸੇ ਦੇ ਘਰ 'ਚ ਸੇਕ ਆ ਸਕਦਾ ਇਹ ਸਹੀ ਹੈ ਨਾ ਪਹੁੰਚ ਸਕਦਾ ਔਰ ਜਿਹੜੇ ਹਿਸਾਬ ਨਾਲ ਰਫ਼ਤਾਰ ਫੜੀ ਹੋਈ ਆ ਪਹੁੰਚੂਗਾ ਸੇਕ ਇਹ ਹਨਾ ਪਹਿਲਾਂ ਤੁਸੀਂ ਹਿਸਾਬ ਲਾ ਲਓ ਕਰਨ ਔਜਲਾ ਜਦੋਂ ਦੁਬਈ ਸ਼ਿਫਟ ਹੋਇਆ ਐਮੀ ਵਿਰਕ ਦੁਬਈ ਸ਼ਿਫਟ ਹੋ ਗਿਆ ਇਹਨਾਂ ਦਾ ਕੀ ਰੀਜ਼ਨ ਹੋ ਸਕਦਾ ਫਿਰ ਗਿੱਪੀ ਗਰੇਵਾਲ ਦੇ ਗੋਲੀਆਂ ਚੱਲੀਆਂ ਘਰੇ ਐਲੀਮਾਂਗਟ ਨੂੰ ਫੜ ਲਏ ਬੰਦੇ ਪਹਿਲਾਂ ਹੀ ਕੰਮ ਖਿੱਚਦੇ ਹਨ ਉਹਦਾ ਤੇ ਹੁਣ ਰੀਸੈਂਟਲੀ ਜਿਹੜਾ ਆਇਆ ਵੀਰ ਸਿੰਘਾ ਬੋਲਦਾ ਵੀਰੇ ਸਿੰਘਾ ਜਿਹੜੀਆਂ ਮੂਹਰੇ ਆ ਰਹੀਆਂ ਤੇ ਕੱਲ ਪਰਸੋਂ ਹੁਣ ਕੱਲ ਆਈ ਆ ਹੁਣ ਸਿੰਘੇ ਦੀ ਵੀਡੀਓ ਆਪਾਂ ਨੂੰ ਸਿੰਪਤੀ ਆ ਬੰਦੇ ਨਾਲ ਕਾਫੀ ਹੱਦ ਤੱਕ ਵਧੀਆ ਲੱਗਦਾ ਉਹ ਬੰਦਾ ਆਪਾਂ ਨੂੰ ਕਿਉਂਕਿ ਦਿਲ ਮਤਲਬ ਗੱਲ ਵਧੀਆ ਕਰਦਾ ਉਹ ਐਵੇਂ ਚੋਚਲੂ ਪੋਚਲੂ ਜੀ ਨਹੀਂ ਬਾਕੀ ਅੰਦਰਲੀ ਗੱਲ ਤਾਂ ਨਹੀਂ ਕਦੇ ਮਿਲੇ ਨਹੀਂ ਕਦੇ ਬੈਠੇ ਨਹੀਂ ਤਾਂ ਕਰਕੇ ਉਹ ਤਾਂ ਵੱਡੇ ਬੰਦੇ ਨੇ ਸਾਡੇ ਵਰਗੇ ਛੋਟਿਆਂ ਦਾ ਕੀ ਇੱਥੇ ਪਹੁੰਚ ਹੋਣੀ ਆ ਅਤੇ ਉਹ ਸਿੰਪਤੀ ਆ ਬੰਦੇ ਨਾਲ ਰੋ ਮਤਲਬ ਕਾਇੰਡ ਆਫ ਰੋ ਮਨ ਭਰਿਆ ਸੀ ਉਹਦਾ ਦੁੱਖ ਮਤਲਬ ਦੁੱਖ ਨਾਲ ਗੱਲ ਉਹੀ ਆ ਨਾ ਬਾਈ ਜੇ ਪਹਿਲਾਂ ਕੋਈ ਕਿਸੇ ਨਾਲ ਖੜਿਆ ਹੁੰਦਾ ਅੱਜ ਦਾ ਤੇਰੇ ਪਿੱਛੇ ਵਿਚਾਰ ਹੁੰਦੇ ਪਹਿਲਾਂ ਸਿੱਧੂ ਕੱਲਾ ਹੀ ਭੁਗਤਦਾ ਗਿਆ
ਜਿਹੜੇ 295 ਕਿਹੜੇ ਉੱਤੇ ਕੇਸ ਪਿਆ, ਜਿਹੜਾ ਇੱਥੇ ਵੀ ਪਿਆ ਸ਼ਾਇਦ ਹੁਣ, ਉੱਤੇ ਪਰਚਾ ਹੋਇਆ ਵਾ, ਜੇ ਉਸ ਟਾਈਮ ਤੁਸੀਂ ਉਹ ਬੰਦੇ ਨਾਲ ਖੜਦੇ ਅੱਜ ਤੁਹਾਡੇ ਪਿੱਛੇ ਵੀ ਰਾਸ਼ ਹੁੰਦਾ, ਕੱਲਾ ਹੀ ਗੱਡੀ ਚ ਰੋ ਕੇ ਬੋਲ ਕੇ ਹਟ ਗਿਆ ਨਾ, ਭਗਤੀ ਜੋ ਸਭ ਨਾ ਹੋਣੀ ਆ, ਕਿਸੇ ਨੇ ਇੱਕ ਦੂਜੇ ਲਈ ਨੀ ਖੜਦੇ। ਸਾਡਾ ਗੈਂਗਸਟਰਾਂ ਨਾਲ ਵੀ ਕੋਈ ਰੌਲਾ ਨਹੀਂ ਜਾਂ ਕੋਈ ਉਹ ਨਹੀਂ, ਉਹ ਉਹਨਾਂ ਨੇ ਆਪਦਾ, ਅਸੀਂ ਪਹਿਲਾਂ ਵੀ ਕਿਹਾ ਉਹਨਾਂ ਨੇ ਆਪਦਾ ਕੰਮ ਕਰਨਾ, ਉਹ ਤਾਂ ਉਹ ਟਰੈਕ 'ਤੇ ਹੈਗੇ ਨੇ, ਠੀਕ ਹੈ ਨਾ, ਉਹ ਵੀ ਆਪਣੇ ਵਰਗੇ ਮੁੰਡੇ ਨੇ, ਅਤੇ ਲੇਕਿਨ ਥੋੜ੍ਹਾ ਗਲਤ ਟਰੈਕ ਉਹਨੇ ਚੂਜ਼ ਕੀਤਾ ਹੋਇਆ, ਹੈ ਨਾ। ਅਤੇ ਹੁਣ ਜਿਨ੍ਹਾਂ ਤੋਂ ਫੋਨ ਆ ਰਿਹਾ, ਜਿਹੜੀ ਹਿਸਾਬ ਨਾਲ ਇਹਨੇ ਗੱਲ ਕੀਤੀ ਹੈ ਕਿ ਭਾਈ ਮੇਰੇ 'ਤੇ ਪਰਚੇ ਹੋ ਗਏ, ਪਰਚੇ ਹੋ ਗਏ, ਕਦੇ ਨਹੀਂ ਇੱਕ ਕਿਹੜੇ ਪਿੰਡ 'ਚ ਹੋਇਆ, ਇੱਕ ਹੋਰ ਦੋ ਪਰਚੇ ਹੋਇਆ, 294 ਇਹ ਦਾ ਭਾਈ, ਇੱਕ 295 ਗਾਣਿਆਂ ਦਾ, ਮਤਲਬ ਆਹੀ ਹੁੰਦਾ ਹੁੰਦਾ ਬੰਦੇ ਨੂੰ ਜਦੋਂ ਉਡੀਕੇ ਲੈਣਾ ਤਾਂ ਗੱਲ 'ਚ ਉਡੀਕੇ ਲੈਣ ਵਾਲੀ ਹੋ ਜਾਂਦੀ ਆ। ਅਤੇ ਉਹ ਤੋਂ ਹੁਣ ਡਿਮਾਂਡ ਕੀਤੀ ਹੈ 10 ਲੱਖ ਰੁਪਈਏ ਦੀ, ਹੁਣ ਵਿੱਚ ਇਹ ਵੀ ਕਹਿੰਦਾ ਵੀ ਭਗਵੰਤ ਮਾਨ ਸਾਹਿਬ ਮੈਂ ਤੁਹਾਤੋਂ ਗੁਜ਼ਾਰਿਸ਼ ਕਰਦਾ ਵਾਂ ਵੀ ਤੁਸੀਂ ਇਹਨੂੰ ਜਲਦੀ ਤੋਂ ਜਲਦੀ ਇਨਵੈਸਟੀਗੇਟ ਕਰੋ ਔਰ ਇਹਨੂੰ ਕਲੀਅਰ ਕਰੋ ਮੈਟਰ ਨੂੰ, ਹੈ ਨਾ। ਅਤੇ ਵਧੀਆ ਗੱਲ ਆ, ਉੱਠ ਕੇ ਬੋਲਣ ਲੱਗੇ, ਆਪਾਂ ਵੀ ਕਹਿੰਦੇ ਸੀ ਭਗਵੰਤ ਮਾਨ ਕੋਲ ਜਾਓ, ਤੁਹਾਡੀ ਪਹੁੰਚ ਜਲਦੀ ਹੈ, ਇੱਕ ਵੀਡੀਓ ਨਾਲ ਤੁਸੀਂ ਪਹੁੰਚ ਕਰ ਜਾਣੀ ਆ, ਹੈ ਨਾ। ਅਤੇ ਹਜੇ ਵੀ ਕੁਛ ਨਹੀਂ ਵਿਗੜਿਆ, ਲੇਟ ਨਹੀਂ ਹੋਏ, ਸਭ ਨੂੰ ਉਹਦੇ ਨਾਲ ਖੜਨਾ ਚਾਹੀਦਾ। ਪਹਿਲਾਂ ਸਿੱਧੂ ਨਾਲ ਖੜੇ ਹੁੰਦੇ ਸ਼ਾਇਦ ਉਹ ਅੱਜ ਬਚ ਜਾਂਦਾ, ਸ਼ਾਇਦ ਉਹ ਬਚਿਆ ਹੁੰਦਾ ਅੱਜ ਬੰਦਾ, ਹੈ ਨਾ, ਉਹਦੀ ਵੀ ਸਪੋਰਟ ਕੀਤੀ ਹੁੰਦੀ, ਅੱਜ ਚਲੋ ਇਹ ਬੰਦੇ ਨਾਲ ਖੜ ਜਾਓ, ਇਹ ਬਚ ਜਾਵੇ। ਅਤੇ ਉਹ ਵਿੱਚੇ ਭਗਵੰਤ ਮਾਨ CM ਸਾਹਿਬ ਨੂੰ ਆਪਣੇ ਨੂੰ ਰਿਕੁਐਸਟ ਕਰਕੇ ਕਹੀ ਜਾਂਦਾ ਵੀ ਮੇਰੇ ਕੋਲ ਸਾਰੇ ਐਵੀਡੈਂਸ ਪਏ ਆ, ਮੈਂ ਤੁਹਾਨੂੰ ਦਿਖਾਉਣ ਨੂੰ ਰਾਜ਼ੀ ਰੈਡੀ ਹਾਂ, ਹੈ ਨਾ। ਅਤੇ ਹੁਣ ਐਵੀਡੈਂਸ ਤੋਂ ਮਤਲਬ ਵੀ ਪਹਿਲਾਂ ਵੀ ਪੈਸੇ ਦੇ ਚੁੱਕਿਆ ਹੋਣਾ ਵਿਚਾਰਾ ਇਹ, ਹੈ ਨਾ। 10 ਲੱਖ ਇਹਨਾਂ ਲਈ ਕੀ ਆ, ਸਿੰਗਰਾਂ ਲਈ ਜਿਹਨਾਂ ਦੇ ਗਾਣੇ ਚੱਲਦੇ ਨੇ ਜਿਹੜੇ ਸੈਟਲਡ ਨੇ, ਹੈ ਨਾ। ਮੈਂ ਨਹੀਂ ਕਹਿੰਦਾ ਇਹਨਾਂ ਕੋਲ ਬਹੁਤ ਜ਼ਿਆਦਾ ਪੈਸਾ, ਲੇਕਿਨ 10 ਲੱਖ ਵੀ ਇਹਨਾਂ ਲਈ ਕੋਈ ਗੱਲ ਨਹੀਂ, ਅਗਰ ਪਹਿਲੀ ਵਾਰ ਦੇਣਾ। ਇੱਥੋਂ ਪਤਾ ਲੱਗਦਾ ਵੀ ਪਹਿਲੀ ਵਾਰ ਤਾਂ ਨਹੀਂ ਦੇਣਾ, ਮੇਰੇ ਤੋਂ ਡਿਮਾਂਡ ਆਈ ਗਿਆ ਹੁਣ। ਇਹ ਮੈਨੂੰ ਲੱਗਦਾ ਬੰਦਾ ਉਦੋਂ ਹੀ ਬੋਲਦਾ, ਉਦੋਂ ਹੀ ਪ੍ਰੈਸ਼ਰ ਥੱਲੇ ਆਉਂਦਾ ਵੀ ਮੈਂ ਕਮਾਉਣਾ, ਮੈਂ ਮਿਹਨਤ ਕਰਦਾ, ਹੈ ਨਾ। ਕੋਈ ਚੀਜ਼ ਬਣਾਉਣ ਨੂੰ ਗਾਉਣ ਨੂੰ ਇੱਕ ਹਾਰਡ ਵਰਕ ਲੱਗਦਾ ਉੱਤੇ, ਹੈ ਨਾ, ਘੁੰਮਣ ਫਿਰਨ ਨੂੰ ਬਿਨ ਹਾਰਡ ਵਰਕ ਕਰਕੇ ਅਸੀਂ ਪੈਸਾ ਕਮਾਉਂਦੇ ਹਾਂ। ਇੱਕ ਸਿੰਪਲ ਜੀ ਮਤਲਬ ਇੱਕ ਕਾਲ ਆਉਂਦੀ ਆ, ਡਿਮਾਂਡ ਹੁੰਦੀ ਆ, 5 ਲੱਖ 10 ਲੱਖ 15 20 ਜਿੰਨੇ ਦੀ ਵੀ, ਉਹ ਚੱਕ ਕੇ ਦੇ ਦਿਉ। ਇੱਕ ਅੱਧੀ ਵਾਰ ਬੰਦਾ ਦੇ ਸਕਦਾ, ਅਤੇ ਦੂਜੀ ਵਾਰੀ ਵਾਰੀ ਜਦੋਂ ਬੰਦਾ ਫਿਰ ਡਿਮਾਂਡ ਆਉਂਦੀ ਆ, ਫਿਰ ਕਮਲਾ ਹੋ ਜਾਂਦਾ, ਗੁੱਸਾ ਆਈ ਜਾਂਦਾ ਬੰਦੇ ਨੂੰ। ਚੱਕਰ ਪਤਾ ਕੀ ਹੋਇਆ, ਉਦੋਂ ਬੋਲੇ ਨਹੀਂ, ਮੇਰਾ ਕਿਹੜਾ, ਮੇਰਾ ਤਾਂ ਦੋਸਤ ਆ, ਆਪਣੇ ਤਾਂ ਅੱਗੇ ਲਿੰਕ ਆ, ਆਪਣੇ ਨਾਲ ਨਹੀਂ ਹੋਣਾ, ਇਹ ਹਿਸਾਬ ਹੋਇਆ। ਹੁਣ ਸਭ ਤੋਂ ਮੰਗੀ ਗਈ, ਸਭ ਦੇ ਨੱਕੋ ਉੱਪਰ ਪਾਣੀ ਆ ਗਿਆ, ਕੋਈ ਕਿੱਧਰ ਭੱਜ ਲਿਆ, ਕੋਈ ਦੁਬਈ ਆ ਗਿਆ, ਕੋਈ ਕੀ ਹੋ ਗਿਆ, ਫਿਰ ਵੀ ਹਜੇ ਵੀ ਅਲੱਗ ਅਲੱਗ ਭੱਜ ਰਿਹਾ ਇਹ, ਹਜੇ ਵੀ ਇਕੱਠੇ ਨਹੀਂ ਹੋ ਰਹੇ, ਹਜੇ ਵੀ ਭੱਜੋਗੇ, ਕਿੰਨਾ ਕੁ ਭੱਜੋਗੇ। ਹਜੇ ਵੀ ਉਹੀ ਬੰਦੇ ਨੇ ਜਿਨ੍ਹਾਂ ਦੇ ਉੱਤੇ ਪੈਰ ਹੀ ਆ, ਕੋਈ ਮੈਂ ਸਿੰਗਲ ਬੰਦਾ ਨਹੀਂ ਦੇਖਿਆ ਕੋਈ ਇੰਡੀਵਿਜੁਅਲੀ ਆ ਕੇ ਜਾਂ ਸਿੰਗੀ ਨਾਲ ਖੜ ਜੇ ਜਾਂ ਐਲੀਮੰਟ ਦੇ ਨਾਲ ਉਹਨੇ ਵੀਡੀਓ ਪਾਈ ਹੋਵੇ ਜਾਂ ਇੱਦਾਂ, ਕੋਈ ਗੱਲ ਨਹੀਂ, ਰੱਖੋ ਰੱਖੋ ਤੁਸੀਂ ਲਕੋ ਰੱਖੋ, ਬਾਹਰ ਤਾਂ ਆਉਣਾ ਹੀ ਪੈਣਾ ਵਾ ਸਾਰਿਆਂ ਨੂੰ। ਬੋਲੂਗੇ ਕੱਲਾ ਕੱਲਾ ਬੋਲੂਗੇ ਕੋਈ ਫਾਇਦਾ ਜੀ, ਜਿਹਦੇ ਗੱਲ 'ਚ ਤੁਹਾਡੀ ਪਹੁੰਚ ਛੇਤੀ ਆ, ਤੁਸੀਂ ਪਹੁੰਚ ਕਰ ਜਾਣੀ ਆ ਯਾਰ, ਵੱਡੇ ਵੱਡੇ ਬੰਦਿਆਂ ਤੱਕ, CM ਤੱਕ ਬੋਲੋ, ਇਕੱਠੇ ਹੋ ਕੇ ਬੋਲੋਗੇ ਜ਼ਿਆਦਾ ਸੁਣਵਾਈ ਹੋਊਗੀ, ਜਲਦੀ ਸੁਣਵਾਈ ਹੋਊ, ਇਕੱਲੇ ਇਕੱਲੇ ਤੇ ਉਹ ਨਹੀਂ ਹੈਗਾ, ਮਤਲਬ ਪਾਵਰ ਨਹੀਂ ਬਣਨੀਗੀ ਇੰਨੀ ਜ਼ਿਆਦਾ, ਬਣੂਗੀ ਲੇਕਿਨ ਬਹੁਤ ਟਾਈਮ ਲੱਗ ਜਾਣਾ ਉਹਨੂੰ। ਅਤੇ ਆਪਾਂ ਨੂੰ ਸਿੰਘੇ ਨਾਲ ਵੀ ਸਿੰਪਤੀ ਆ ਕਿ ਯਾਰ ਵਧੀਆ ਸਿੰਗਰ ਆ, ਕੱਲ੍ਹ ਨੂੰ ਇਹ 'ਤੇ ਕੋਈ ਅਟੈਕ ਵਗੈਰਾ ਜਾਂ ਕੁਛ, ਜਿਹੜੇ ਸਾਨੂੰ ਦੱਸਦਾ ਵੀ ਮੈਨੂੰ ਧਮਕੀ ਆਉਂਦੀ, ਮੇਰੇ ਪਿਓ ਨੂੰ ਪਰੇਸ਼ਾਨ ਕੀਤਾ ਜਾਂਦਾ, ਮੇਰਾ ਪਿਓ ਟੈਨਸ਼ਨ ਦੇ ਵਿੱਚ ਆ, ਹੁੰਦਾ ਹੀ ਆ ਮਾਂ ਪਿਓ ਟੈਨਸ਼ਨ 'ਚ ਆ ਜਾਂਦਾ ਵਾ, ਹੈ ਨਾ। ਅਤੇ ਉਹ ਚੀਜ਼ ਲੈ ਕੇ ਵਧੀਆ ਮਾੜੇ, ਚਾਹੇ ਵਧੀਆ ਮਾੜੇ ਦੀ ਗੱਲ ਨਹੀਂ ਬਾਈ, ਚੰਗਾ ਹੋਵੇ ਜਾਂ ਮਾੜਾ ਹੋਵੇ, ਹੈ ਨਾ, ਪਰ ਕਿਸੇ ਦਾ ਧੀ ਪੁੱਤ ਮਰ ਜਾਣਾ, ਕਿਸੇ ਪੈਸੇ ਕਰਕੇ ਮਾਰ ਦੇਣਾ ਕਿਸੇ ਨੂੰ, ਗਲਤ ਆ, ਚਾਹੇ ਉਹ ਚੰਗਾ ਚਾਹੇ ਮਾੜਾ, ਹੈ ਨਾ, ਆਪਾਂ ਨੂੰ ਚੰਗਾ ਲੱਗੇ ਚਾਹੇ ਨਾ ਲੱਗੇ। ਅਤੇ ਬਟ ਇਹਨਾਂ ਦੀਆਂ ਆਪਦੀਆਂ ਗਲਤੀਆਂ, ਇੰਡਸਟਰੀ ਇਕੱਠੀ ਹੈ ਨਹੀਂ ਗੀ, ਇਹ ਇਹਨਾਂ ਨੂੰ ਇਕੱਠੇ ਹੋ ਕੇ ਜੇ ਕੁਛ ਕਰਨ ਵੀ, ਹਾਂ ਜੀ ਅਸੀਂ ਵੀ ਧਰਨੇ 'ਤੇ ਹਾਂ, ਲੋਕਾਂ ਵਾਂਗੂ ਬਹਿ ਜਾਓ। ਬਥੇਰਾ ਤੁਸੀਂ ਗੌਰਮੈਂਟ ਨੂੰ ਪੈਸਾ ਦਿੰਦੇ ਹੋ, ਬਟ ਬਥੇਰੇ ਟੈਕਸ ਭਰਦੇ ਹੋ, ਤੁਹਾਡੀ ਸੁਣਵਾਈ ਹੋਊਗੀ, ਵੱਡੇ ਲੈਵਲ 'ਤੇ ਹੀ ਹੋਊਗੀ ਜੇ ਤੁਸੀਂ ਕੁਛ ਰੋਕਦੇ ਹੋ ਚੀਜ਼ਾਂ। ਬਸ ਗੱਲਾਂ ਤਾਂ ਅਸੀਂ ਮਤਲਬ ਹਰੇਕ ਵੀਡੀਓ 'ਚ ਅਸੀਂ ਕਹਿੰਦੇ ਵੀ ਰੋਕ ਲੈਂਦੇ ਆਪਦੇ ਆਪ ਨੂੰ, ਬੋਲਣ ਨੂੰ ਤਾਂ ਬਹੁਤ ਕੁਛ ਆ, ਬੋਲ ਸਕਦੇ ਹਾਂ, ਲੇਕਿਨ ਕੰਟਰੋਲ ਕਰ ਲਈਦਾ ਲਫ਼ਜ਼ਾਂ ਦੇ ਉੱਤੇ। ਖਬਰਾਂ ਸਾਡੀ ਵੀਡੀਓ ਕਿਸੇ ਨੂੰ ਪਸੰਦ ਆਉਣੀ ਆ ਜਾਂ ਨਹੀਂ ਆਉਣੀ, ਅਤੇ ਕੀ ਮੂਹਰੇ ਅਗਲੇ ਨੇ ਚੱਕ ਕੇ ਸਮਝ ਲੈਣਾ ਚਾਹੀਦਾ ਹਰ ਇੱਕ ਚੀਜ਼ ਦੀ, ਕੋਈ ਅੱਧੇ ਨੂੰ ਪਸੰਦ ਆਉਣੀ, ਅੱਧੇ ਨੂੰ ਨਹੀਂ ਆਉਣੀ। ਹਾਂ, ਅਤੇ ਬਾਕੀ ਅਸੀਂ ਤਾਂ ਕਾਫ਼ੀ ਟਾਈਮ ਤੋਂ ਇਹੀ ਕਹਿੰਦੇ ਆਉਂਦੇ ਹਾਂ, ਇਹੀ ਆ ਵੀ ਚਲੋ ਆਪਦਾ ਧਿਆਨ ਨਾਲ ਥੋੜ੍ਹਾ ਜਿਹਾ ਦੇਖ ਕੇ, ਮਾਹੌਲ ਥੋੜ੍ਹਾ ਜਿਹਾ ਸਹੀ ਨਹੀਂ ਹੈਗਾ ਇਸ ਵਕਤ, ਜੋ ਮਤਲਬ ਅਸੀਂ ਓਬਜ਼ਰਵ ਕਰਦੇ ਹਾਂ, ਜੋ ਇਨਫੋਰਮੇਸ਼ਨ ਜਾਂ ਸੋਸ਼ਲ ਮੀਡੀਆ ਤੋਂ ਆਉਂਦੀ ਹੈ, ਖਬਰਾਂ ਆਉਂਦੀਆਂ ਨੇ, ਹੈ ਨਾ। ਅਤੇ
ਗੈਂਗਵਾਰ ਸਾਰਾ ਕੁਛ ਜੋ ਹੁੰਦਾ ਚੈਨ ਸਨੈਚਿੰਗ ਕਰਪਸ਼ਨ ਸਾਰਾ ਕੁਛ ਇਕੱਠਾ ਕਰਕੇ ਟੋਟਲ ਮਿਲਾ ਕੇ ਸਹੀ ਨਹੀਂ ਹੈਗਾ ਪਿੱਛਾ ਆਪਦਾ ਕੱਲ ਨੂੰ ਅਗਰ ਅਸੀਂ ਸਾਡੇ ਵਰਗਿਆਂ ਨੇ ਪਿੱਛੇ ਮੁੜਨਾ ਵਾ ਤਾਂ ਬੰਦਾ ਕੀ ਕਰੂਗਾ ਉੱਥੇ ਨੋਰਮਲ ਬੰਦਾ ਅਸੀਂ ਕਿਹੜਾ ਕੋਈ ਭੈਣ ਚੋ ਰਜਵਾੜੇ ਨਾਲ ਸਾਡੀ ਪਿੱਠ ਲੱਗਦੀ ਆ ਵੀ ਅਸੀਂ ਤਕੜੇ ਹਾਂ ਚੱਲ ਲਾਂਗੇ ਬੰਦਾ ਉਹੀ ਦੋ ਛਿੱਲੜ ਬੰਦੇ ਦੇ ਕੋਲੇ ਹੁੰਦੇ ਆ ਅਤੇ ਉਹ ਬੰਦਾ ਉੱਥੇ ਜਾਂਦਾ ਤਾਂ ਉੱਥੇ ਆ ਕੇ ਆਹ ਚੀਜ਼ਾਂ ਨਾਲ ਨਿਬੜ ਨਹੀਂ ਸਕਦਾ ਨਿਬੜ ਨਹੀਂ ਸਕਦਾ ਇਹਨਾਂ ਚੀਜ਼ਾਂ ਨੂੰ ਤਾਂ ਕਰਕੇ ਇਹ ਚਾਹੁੰਦੇ ਹਾਂ ਵੀ ਜਾ ਵੀ ਜੋ ਵੀ ਹੈ ਗੌਰਮੈਂਟ ਨੇ ਐਕਸ਼ਨ ਲੈਣਾ ਜੇ ਪਲੈਨ ਕਰ ਰਹੀ ਆ ਤਾਂ ਜਲਦੀ ਲੈ ਲਓ ਇਹ ਨਹੀਂ ਹੈ ਕਿ ਬੰਦੇ ਦੋ ਚਾਰ ਹੋਰ ਮਾਵਾਂ ਦੇ ਪੁੱਤ ਜਾਂ ਨਜਾਇਜ਼ ਹੈ ਨਾ ਮਾਰੇ ਜਾਣ ਇਹਨਾਂ ਦੀ ਤਾਂ ਨਿਊਜ਼ ਆ ਜਾਂਦੀ ਹੈ ਭਾਈ ਆਮ ਲੋਕਾਂ ਦੀ ਕਿੱਥੇ ਨਹੀਂ ਹੁੰਦੀ ਮੁੱਲਾਪੁਰ ਦੇ ਜਵੈਲਰ ਤੋਂ ਫਰੋਤੀ ਮੰਗੀ ਗਈ ਹੈ ਕਿੱਡੀ ਕੁ ਨਿਊਜ਼ ਆਈ ਹੈ ਆਪਾਂ ਨੂੰ ਹੀ ਪਤਾ ਲੋਕਾਂ ਨੂੰ ਹੀ ਪਤਾ ਇਹ ਤਾਂ ਵੱਡੇ ਬੰਦੇ ਇਹਨਾਂ ਦੀ ਤਾਂ ਨਿਊਜ਼ ਚੜ੍ਹ ਲਿਆਉਂਦੀ ਹੈ ਹੁਣ ਜੇ ਇਹ ਬੋਲਣਗੇ ਆਹ ਆਮ ਲੋਕ ਬਚ ਜਾਣਗੇ ਆਮ ਲੋਕ ਬਚ ਜਾਣਗੇ ਇਹਨਾਂ ਦੇ ਕਰਕੇ ਇਹਨਾਂ ਕਰਕੇ ਗੱਲ ਇਹ ਹੈ ਨਾ ਤੇ ਸਿੰਘੇ ਦਾ ਇਹ ਆ ਵੀ ਵੀਰ ਮੇਰਾ ਥੋੜਾ ਧਿਆਨ ਨਾਲ ਆਪਦੇ ਆਪ ਨੂੰ ਰੱਖ ਸਿਕਿਓਰ ਕਰਕੇ ਲੇਕਿਨ ਸਿੰਘਾ ਬੋਲਦਾ ਹੁਣ ਇੰਨੀ ਕੁ ਰੱਖਿਆ ਵੀ ਕਰੋ ਜਿਹੜੀ ਗਾਣੇ ਮਤਲਬ ਤੁਸੀਂ ਗਾਣਿਆਂ ਚ ਬਣਦੇ ਹੋ ਨਾ ਚਪੇੜਾ ਮਾਰ ਕੇ ਤੁਸੀਂ ਸਿਰ ਪਾੜ ਦਈਦਾ ਹੈ ਨਾ ਟੋਲ ਪਲਾਜਿਆਂ ਤੇ ਸਿਰ ਪਾੜ ਦਈਦਾ ਅਸੀਂ ਗਾਲਾਂ ਮੇ ਤੋਂ ਫੜ ਕੇ ਬੰਦਾ ਥੱਲੇ ਲਾ ਲਈਦਾ ਠੀਕ ਆ ਗਾਣੇ ਤਾਂ ਰੱਖੋ ਗਾਣੇ ਹੁੰਦੇ ਆ ਕੋਈ ਗੱਲ ਨੀ ਮੰਨਦੇ ਆ ਇੰਜੋਇਮੈਂਟ ਲਈ ਹੁੰਦੇ ਆ ਬਟ ਫੇਰ ਵੀ ਗਾਣੇ ਦਾ ਗਾਉਣੇ ਥੋੜੀ ਜਿਹੀ ਰੱਖਿਆ ਕਰੋ ਓਨੀ ਤਾਂ ਰੱਖੋ ਕਿਉਂਕਿ ਹੁਣ ਜੋ ਆਪਾਂ ਕਹਿ ਦਈਏ ਵੀ ਸਿੱਧੂ ਮੂਸੇਵਾਲਾ ਜੋ ਗਾਉਂਦਾ ਸੀ ਉਹ ਬੰਦਾ ਵੀ ਉਹੋ ਜਿਹਾ ਸੀ ਉਹਨੇ ਆਪਦੀ ਛਵੀ ਵੀ ਉਹੋ ਜਿਹੀ ਰੱਖੀ ਸੀ ਆਪਦੀ ਪਰਸਨੈਲਿਟੀ ਉਹੋ ਜਿਹੀ ਰੱਖੀ ਸੀ ਯਾਰ ਮੈਂ ਵੀ ਦੋ ਚਿਹਰੇ ਨੀ ਕਰਕੇ ਚੱਲ ਸਕਦਾ ਉੱਥੇ ਮੈਂ ਬਦਮਾਸ਼ ਬਣਿਆ ਹੋਵਾਂ ਪੂਰਾ ਓਏ ਕੌਣ ਤੇ ਇੱਥੇ ਮੈਂ ਘਰੇ ਭੈਣ ਜੋ ਛੂਹੀ ਇੱਕ ਫੋਨ ਤੋਂ ਡਰਦਾ ਹਨ ਤੇ ਏਦਾਂ ਹੁੰਦਾ ਡਰ ਲੱਗਦਾ ਹੁਣ ਦਾ ਹੋਣਾ ਹੁਣ ਆਉਂਦਾ ਹੁੰਦਾ ਕਹਿ ਰਿਹਾ ਕਰ ਸਿੰਘਾ ਬੋਲਦਾ ਕੀ ਪਤਾ ਅਗਲੇ ਮੁੜ ਜਾਣ ਇਹਦਾ ਸਿੰਘਾ ਬੋਲਦਾ ਵੀਰੇ ਖਿੱਚ ਕੇ ਕੰਮ ਨੂੰ ਤੇ ਏਦਾਂ ਥੋੜਾ ਧਿਆਨ ਰੱਖੋ ਆਦਾਬ ਤੇ ਆਊ ਸੇਖ ਹਲੇ ਹੋਰ ਥੋੜਾ ਜਿਹਾ ਹਲੇ ਲੱਗੂ ਸਾਹਿਬ ਨੂੰ ਇੱਕ ਇੱਕ ਕਰਕੇ ਆਉਣ ਲੱਗ ਗਏ ਸਭ ਆਪਾਂ ਵੀਡੀਓ ਪਹਿਲੇ ਦਿਨ ਤੋਂ ਪਾਈ ਹੋਈ ਆ ਵੀ ਤੁਹਾਨੂੰ ਬੋਲਣਾ ਪੈਣਾ ਨੀ ਸੇਖ ਸਭ ਤੇ ਆਊ ਕੋਈ ਛੋਟਾ ਕੋਈ ਵੱਡਾ ਐਂਡ ਤੇ ਨਾ ਕੋਈ ਵੀ ਕਹੇ ਯਾਰ ਬੋਲਣਾ ਨੀ ਆਪਾਂ ਨਹੀਂ ਜਦੋਂ ਪਾਣੀ ਇੱਥੇ ਆਉਂਦਾ ਨਾ ਬੰਦਾ ਬੋਲਦਾ ਤੂੰ ਕੀ ਲੈਣਾ ਓਏ ਤੂੰ ਕੀ ਲੈਣਾ ਨਾਲੇ ਇੱਥੇ ਉਹ ਇੱਥੇ ਬੰਬੇ ਵਾਂਗੂ ਥੋੜੋ ਵੀ ਜਿਹੜੇ ਬਦਮਾਸ਼ ਗੈਂਗਸਟਰ ਜਾਂ ਸੀਗੇ ਦਾਊਦ ਹੁਣੀ ਹੈ ਨਾ ਅੰਡਰਵਰਲਡ ਤੇ ਉਹ ਉਹਨਾਂ ਨੇ ਏਰੀਆ ਵੰਡੇ ਹੁੰਦੇ ਸੀ ਉੱਥੇ ਹੈ ਨਾ ਉੱਥੇ ਹੁੰਦਾ ਸੀ ਵੀ ਤੂੰ ਮੇਰੀ ਏਰੀਏ 'ਚ ਨਹੀਂ ਬਿਜ਼ਨਸ ਕਰਨਾ ਤੇਰਾ ਮੇਰੇ ਤੋਂ ਫਰੋਤੀ ਵਾਲਾ ਕੋਈ ਕੇਸ ਨਹੀਂ ਆਉਣਾ ਚਾਹੀਦਾ ਮੇਰਾ ਉੱਧਰ ਨਹੀਂ ਆਊਗਾ ਤੇਰਾ ਬੰਦਾ ਇੱਧਰ ਨਹੀਂ ਮੇਰਾ ਉੱਧਰ ਨਹੀਂ ਉਹਨਾਂ ਦੇ ਏਰੀਆ ਵੰਡੇ ਹੁੰਦੇ ਸੀਗੇ ਪਤਾ ਲੱਗ ਜਾਂਦਾ ਸੀ ਨਹੀਂ ਯਾਰ ਮੈਂ ਸਿਕਿਉਰਿਟੀ ਆਹ ਬੰਦੇ ਤੁਸੀਂ ਇਹਨੂੰ ਪੈਸੇ ਦਿੱਤੇ ਮੈਨੂੰ ਮੈਂ ਸੇਫ ਹਾਂ ਅਤੇ ਐਂ ਚੱਲਦਾ ਸੀ ਉਦੋਂ ਉਹਨਾਂ ਟਾਈਮਾਂ 'ਚ ਅਤੇ ਹੁਣ ਇੱਥੇ ਪੰਜਾਬ ਤਾਂ ਹਰੇਕ ਕੋਈ ਹਰੇਕ ਹੀ ਗੁੰਡਾ ਮਤਲਬ ਬਦਮਾਸ਼ ਆ ਹਰੇਕ ਕਿਹਨੂੰ ਕਿਹਦਾ ਕਿਹਦੀ ਕਿਹਦੀ ਕੌਲ ਨੂੰ ਤੁਸੀਂ ਕੱਟੀ ਜਾਓਗੇ ਹੈਂ ਤੂੰ 10 ਲੱਖ ਮੈਨੂੰ ਲੱਗਦਾ ਇਹ ਦੁਖੀ ਵੀ ਤਾਂ ਹੀ ਹੋਇਆ ਬਾਈ ਇਹ ਤੋਂ ਪਹਿਲਾਂ 10-15 ਲੱਖ ਲੈ ਲਿਆ ਹੁਣ ਕਿਸੇ ਨੇ ਤੇ ਹੁਣ ਦੂਜੇ ਬੰਦੇ ਦੀ ਕਾਲ ਆ ਗਈ ਹੋਣੀ ਆ ਫਿਰ ਜਦੋਂ ਦੂਜੇ ਨੂੰ ਦਿੱਤੇ ਫਿਰ ਤੀਜੇ ਦੀ ਆ ਗਈ ਹੋਣੀ ਆ ਕਾਲ ਪਾਣੀ ਨੱਕ ਤੋਂ ਉੱਪਰ ਆਉਂਦਾ ਫਿਰ ਬੋਲਦਾ ਮੈਂ ਕਹਿੰਦਾ ਯਾਰ ਮੇਰਾ ਤਾਂ ਭੈਣ ਚੋਂ ਮੈਂ ਲਾਇਆ ਸਾਲੇ 3 ਸਾਲ ਇੱਥੇ ਅਕਾਊਂਟ ਬੈਂਕ ਬੈਲੈਂਸ ਭਰਨ ਨੂੰ ਇਹ ਸਾਲਾ 3 ਦਿਨਾਂ 'ਚ ਖਾਲੀ ਹੋ ਇੱਕ ਫੋਨ ਤੇ ਲੈ ਗਏ 3 ਦਿਨਾਂ 'ਚ ਖਾਲੀ ਕਰਤਾ ਇਹਨਾਂ ਨੇ ਹਨਾ ਉਦੋਂ ਫਿਰ ਦੁੱਖ ਲੱਗਦਾ ਚਲੋ ਕੋਈ ਗੱਲ ਨਹੀਂ ਇੰਨੀ ਕੁ ਸਾਡੀ ਵਾਰਤਾਲਾਪ ਆ ਤੇ ਚੱਲੀਏ ਫਿਰ ਹੁਣ ਆਪਾਂ ਚਲੋ ਜੀ ਸਾਡੇ ਵਲੌਗ ਨੂੰ ਪਿਆਰ ਦਿੰਦੇ ਰਹੋ ਆਪਾਂ ਧੰਨਵਾਦ ਸਭ ਦਾ ਲੈ ਕੇ ਆ ਰਹੇ ਹਾਂ ਵਲੌਗ ਜਿਹੜੀਆਂ ਗੱਲਾਂ ਕਰਦੇ ਆ ਦਿਲੋਂ ਬਈ ਕਰ ਲਈਦੀਆਂ ਹਮਦਰਦੀ ਵਾਲੀਆਂ ਬਈ ਕਿਸੇ ਦਾ ਧੀ ਪੁੱਤ ਨਾ ਮਰੇ ਆ ਤੇ ਚਲੋ ਕੋਈ ਗੱਲ ਨਹੀਂ ਚਲੋ ਫਿਰ ਚੱਲੀਏ ਵੇ ਬਸ ਚੱਲਦੇ ਆ ਫਿਰ ਬਸ ਬਾਥਰੂਮ ਕਰਾਏਗਾ ਫਿਰ ਬਾਥਰੂਮ ਮੈਂ ਫੜ ਕੇ ਕਰਾਉਣਾ ਉੱਥੇ ਆਊਗਾ ਉੱਥੇ ਉਤਰ ਕੇ ਕਰ ਲਈ ਕਿੰਨੀ ਸੀ ਟਿੱਕੀ ਇਹ ਚੀ ਘੱਟ ਹੁੰਦੀ ਹੈ ਕਿਉਂ ਮੈਨੂੰ ਲੱਗਦਾ ਇਹ ਚੋਂ ਰਿਮ ਰੂਮ ਕਰਕੇ ਨਿਕਲਦੀ ਹਵਾ ਠੀਕ ਆ ਹਾਂ ਮੈਂ ਕਰੇ ਆਂਦਾ ਸੂਸੂ ਫਿਰ ਮੂਤ ਕਹਿਣ ਫਿਰ ਸੂਸੂ ਕਹਿ ਦੋ 31-32 ਹੋ ਗਈ ਸੁਣਾ ਕੋਈ ਗੱਲ ਓਏ ਜਿਹੜੀ ਆਪਾਂ ਕਹਿੰਦਾ ਸੀ ਜਾਣਾ ਬਾਥਰੂਮ ਕਰਨੀ ਡਬਲ ਕਰ
ਤੂੰ ਗੱਲ ਸੁਣਾ ਕੋਈ ਤੜਕਦੀ ਫੜਕਦੀ ਨਵਾਂ ਸਾਲ ਆ ਰਿਹਾ ਨਵਾਂ ਸਾਲ ਵਾਹ 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 ਲੋਕਾਂ ਲਈ ਨਵਾਂ ਹੁਣ ਆਪਣੇ ਲਈ ਤਾਂ ਪੁਰਾਣਾ ਹੀ ਆ ਸੇਮ ਹੀ ਹੁੰਦੇ ਜੀ ਐਵੇਂ ਭੈਣ ਤੋਂ ਡੰਡ ਉਹ ਛੁੱਟੀਆਂ ਜਿਹੜੀਆਂ ਦੋ ਛੁੱਟੀਆਂ ਹੁੰਦੀਆਂ ਉਹਨਾਂ ਨੂੰ ਨਵਾਂ ਸਾਲ ਕਹਿ ਦਿੰਦੇ ਆ ਪਤਾ ਨੀ ਨਾਲੇ ਵੈਸੇ ਵੀ ਦੁਬਈ ਦੇ ਵਿਚ ਬੁਰਜ ਖਲੀਫਾ ਦੇ ਜਿੱਥੇ ਜਾਂਦੇ ਹੁੰਦੇ ਸੀਗੇ ਗੱਲ ਸੁਣ ਲੋ ਬੈਚਲਰ ਪਾਰਟੀ ਥੋੜਾ ਬੰਦ ਕੀਤਾ ਇਹਨਾਂ ਨੇ ਕੱਲੀਆਂ ਫੈਮਿਲੀ ਜਾ ਸਕਦੀਆਂ ਨੇ ਬੰਦ ਕਰਤਾ ਹਾਂ ਟਿਕਟ ਅੱਛਾ ਦੇਖਣ ਕਹਿੰਦੇ ਜੀ ਲਾਈਟਾਂ ਹੋ ਫਾਇਰ ਵਰਕ ਹੁੰਦਾ ਵਾ ਹੁੰਦਾ ਬਹੁਤ ਸੋਹਣਾ ਹੁੰਦਾ ਨੋ ਡਾਊਟ ਐਨ ਮਜ਼ਾ ਆਇਆ ਦੇਖ ਕੇ ਉਹ ਲੇਕਿਨ ਵਨ ਟਾਈਮ ਦੇਖਣਾ ਹੀ ਆ ਤੁਰ ਤੁਰ ਕੇ ਬੰਦਾ ਭਾਈ ਪਰੇਸ਼ਾਨ ਹੋਇਆ ਯਾਰ ਉਹ ਨਾ ਉਦੋਂ ਵਧੀਆ ਜਿੰਨੀ ਖੱਜਲ ਖੁਆਰੀ ਉਦੋਂ ਹੋਈ ਸੀ ਆਸੇ ਪਾਸੇ ਦਾ ਇੱਕ ਹੋਟਲ 'ਚ ਰੂਮ ਲੈ ਲਵੇ ਉੱਥੇ ਨਾਲੇ ਆਪਦਾ ਇੰਜੋਇਮੈਂਟ ਕਰੇ ਨਾਲੇ ਫਾਇਰ ਵਰਕ ਦੇਖ ਲਵੇ ਬਟ ਕਹਿੰਦੇ ਉਸ ਟਾਈਮ ਮਹਿੰਗੇ ਬਹੁਤ ਹੋ ਜਾਂਦੇ ਮੈਨੂੰ ਤਿੰਨ ਮਹੀਨੇ ਹੋ ਗਏ ਸਰਚ ਕਰਦੇ ਨੂੰ ਵੀ ਆਪਾਂ ਨਿਊ ਈਅਰ ਦੀਆਂ ਛੁੱਟੀਆਂ ਕਿਤੇ ਡਾਊਨ ਟਾਊਨ 'ਚ ਤਾਂ ਆਪਣੇ ਲੈਵਲ ਤੋਂ ਉਹ ਦਿਨਾਂ ਦੇ ਵਿੱਚ ਤਾਂ ਬਾਹਰ ਹੀ ਚਲਾ ਜਾਣਾ ਡਾਊਨ ਟਾਊਨ ਕੀ ਮਾਮਾ ਨੋਰਮਲ ਰਿਜ਼ੋਰਟ ਵਗੈਰਾ ਹੋਟਲ ਵਗੈਰਾ ਡਾਊ ਬਜਟ ਤੋਂ ਬਾਹਰ ਹੋ ਜਾਂਦੇ ਆ ਉਹਨਾਂ ਔਰ ਤਿੰਨ ਮਹੀਨੇ ਪਹਿਲਾਂ ਹੀ ਉਹਨਾਂ ਨੂੰ ਪਤਾ ਵੀ ਨਿਊ ਈਅਰ ਦਾ ਜਿਹੜੀ ਬੁਕਿੰਗ ਕਰਨਗੇ ਲੋਕ ਉਹ ਪਹਿਲਾਂ ਹੀ ਪ੍ਰਾਈਜ਼ ਉਹਨਾਂ ਨੇ ਚੜਾ ਕੇ ਲਾਏ ਹੁੰਦੇ ਆ ਇੱਥੇ ਛੁੱਟੀਆਂ ਨੇ ਸਾਡੀਆਂ ਇਹ ਪਹਿਲਾਂ ਹੀ ਐਕਸਪੈਂਸਿਵ ਰੱਖੋ ਇਹਨਾਂ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਸੀ ਇੰਡੀਆ ਦੇ ਵਿੱਚ ਹੋਟਲਾਂ ਦਾ ਪ੍ਰਾਈਜ਼ ਦੇਖਿਆ ਕਿੰਨਾ ਕਰਤਾ ਸੀ ਹਾਂ ਲਿਮਿਟ ਹੀ ਨਹੀਂ ਰਹੀ ਸੀ ਉਹ ਮਤਲਬ ਹਰ ਇੱਕ ਕੋਈ ਮੌਕੇ ਦਾ ਫਾਇਦਾ ਚੱਕਦਾ ਪਤਾ ਇਸ ਦਿਨ ਆਉਣਾ ਹੀ ਆ ਲੋਕਾਂ ਨੇ ਛੁੱਟੀਆਂ 'ਚ ਬਾਹਰ ਨਿਕਲਣਗੇ ਵੈਸੇ ਲੋਕ ਯਾਰ ਘੁੰਮਦੇ ਨੇ ਬਹੁਤ ਹਰ ਵਾਰ ਪਤਾ ਇੱਥੇ ਜਾਮ ਲੱਗ ਗਿਆ ਫਜ਼ੇਰੇ ਜਾਮ ਲੱਗ ਗਿਆ ਇੰਨਾ ਜਾਮ ਲੱਗ ਗਿਆ ਇਹ ਬਟ ਲੋਕੀ ਹਰ ਵਾਰੀ ਜਾਂਦੇ ਜਾਂਦੇ ਆ ਇਹ ਇਹ ਵੀ ਨਹੀਂ ਕਹਿੰਦਾ ਵੀ ਜਿੰਨਾਂ ਕੋਲ ਰੁਪਈਆ ਉਹੀ ਘੁੰਮਦੇ ਨਹੀਂ ਸਿਰਫ ਤੈਨੂੰ ਘੁੰਮਣ ਦੀ ਜਾਂਚ ਹੋਣੀ ਚਾਹੀਦੀ ਹੈ ਅਕਲ ਹੋਣੀ ਚਾਹੀਦੀ ਥੋੜ੍ਹੀ ਜਿਹੀ ਬੰਦਾ ਆਪਦੇ ਆਪਦੇ ਬਜਟ 'ਚ ਵੀ ਘੁੰਮ ਸਕਦਾ ਹਾਂ ਯਾਰ ਜ਼ਰੂਰੀ ਨਹੀਂ ਪੈਸੇ ਲਾਉਣੇ ਹਰ ਜਗ੍ਹਾ ਪੈਸੇ ਮਤਲਬ ਲੇਜ਼ੀ ਨੇ ਆਪਣੇ ਕੋਲ ਲੇਜ਼ੀ ਨਹੀਂ ਹੋਣਾ ਚਾਹੀਦਾ ਬੰਦਾ ਯਾਰ ਛੱਡ ਪਰੇ ਕਿਹੜਾ ਜਾਊ ਹਨਾ ਏਦਾਂ ਬੈਚਲਰ ਬੰਦੇ ਨੂੰ ਬਾਹਲਾ ਸੌਖਾ ਘੁੰਮਣਾ ਹਾਂ ਬੈਚਲਰ ਨੂੰ ਥੋੜਾ ਸੌਖਾ ਹੁੰਦਾ ਕਿਉਂਕਿ ਉਹ ਵਨ ਮੈਨ ਆਰਮੀ ਹੁੰਦਾ ਇੱਕ ਤਾਂ ਦੇਖ ਖਰਚਾ ਇਕੱਲੇ ਦਾ ਰਹਿ ਗਿਆ ਹਾਂ ਹੁਣ ਟੱਬਰ ਜਾਊਗਾ ਤਾਂ ਪੂਰੇ ਟੱਬਰ ਦਾ ਖਰਚ ਆਊਗਾ ਪੰਜ ਸੱਤ ਜਾਣਿਆਂ ਦਾ ਹਾਂ ਹੁਣ ਸਾਡੇ ਟ੍ਰਿਪ ਇੰਨੇ ਕਿੰਨੇ ਮਿਸ ਹੋਏ ਟੱਬਰ ਨੂੰ ਨਾਲ ਲੈ ਕੇ ਜਾਂਦੇ ਹਾਂ ਅਸੀਂ ਪੂਰਾ ਕਰਦੇ ਜਦੋਂ ਕੈਲਕੂਲੇਸ਼ਨ ਕਰਦੇ ਹਾਂ ਫਿਰ ਬੀਬੀਆਂ ਕੱਟਣੀਆਂ ਪੈਂਦੀਆਂ ਫਿਰ ਅਸੀਂ ਬੁੜੀਆਂ ਨੂੰ ਕੱਟ ਦਈਏ ਅਤੇ ਆਪਾਂ ਇਕੱਲੇ ਜਾਣ ਦਾ ਪ੍ਰੋਗਰਾਮ ਬਣਾ ਲਈਏ ਜਵਾਕਾਂ ਨੂੰ ਵੀ ਕੱਟ ਦੋ ਹੈ ਕਿ ਨਹੀਂ ਬੈਚਲਰ ਬੰਦਾ ਠੀਕ ਆ ਆਇਆ ਮੁੰਡੇ 'ਚ ਬੈ ਕੇ ਨਿਕਲਦਾ ਹਨਾ ਅਤੇ ਕੋਈ ਗੱਲ ਨਹੀਂ ਇਨਸ਼ਾਅੱਲਾ 2024 ਦੇ ਵਿੱਚ ਆਪਾਂ ਕਿਤੇ ਨਾ ਕਿਤੇ ਕੰਟਰੀ ਟ੍ਰਿਪ ਲਾਵਾਂਗੇ ਸਮਝ ਗਿਆ ਇੰਟਰਨੈਸ਼ਨਲ ਲੈਵਲ 'ਤੇ ਚੰਗਾ ਚਲੋ ਫਿਰ ਗੱਲਬਾਤ ਬਾਹਰਲਾ ਮਾਹੌਲ ਦਿਖਾ ਦਈਏ ਤੁਹਾਨੂੰ ਹੈ ਕਿ ਨਹੀਂ ਜਹਾਜ਼ ਦਿਖਾ ਦਈਏ ਫਿਰ ਚਲੋ ਆਹ ਦੇਖ ਲਓ ਜਹਾਜ਼ ਉਹ ਖੜੇ ਨੇ ਜਹਾਜ਼ ਇਹ ਸਾਨੂੰ ਲੈ ਕੇ ਜਾਂਦੇ ਨੇ ਇਹਨਾਂ ਨੇ ਲਿਆ ਕੇ ਸੁੱਟਿਆ ਸਾਨੂੰ ਇੱਥੇ ਅਤੇ ਮੁੜ ਕੇ ਨਾ ਫਿਰ ਇਹ ਕੰਟਰੀ 'ਚੋਂ ਨਿਕਲਣ ਦਾ ਟਾਈਮ ਲੱਗਿਆ ਕਿਉਂ ਸਲੀਮੇ ਹੋਰ ਯਾਰ ਕਿੱਥੇ ਨਿਕਲ ਯਾਰ ਉਹ ਪੌੜੀਆਂ ਦਾ ਚੜਾ ਜਿਹੜੀਆਂ ਜਹਾਜ਼ ਨੂੰ ਲੱਗੀਆਂ ਨੇ ਕਿਤੇ ਉਹ ਦੇ ਲੈਣ ਬਣੀ ਪਾਰਕਿੰਗ ਉਹ ਉਹਨਾਂ ਦੀ ਪਾਰਕਿੰਗ ਉਹ ਖੜੇ ਆ ਚਾਚਾ ਗਿਆ ਇੰਡੀਆ ਚੜ੍ਹ ਗਿਆ ਪੌੜੀਆਂ ਚਾਚਾ ਪਹੁੰਚ ਗਿਆ ਆਹ ਪਾਰਕਿੰਗ ਆ ਬਈ ਇਹਨਾਂ ਦੀ ਦੇਖ ਲਓ ਲਾਈਨ 'ਚ ਲੱਗੇ ਹੋਏ ਹਨ ਪੂਰੇ ਘੈਂਟ ਲੱਗਦੇ ਹਨ ਨਜ਼ਾਰਾ ਬੰਨਿਆ ਪਿਆ ਨਜ਼ਾਰਾ ਆਈ ਸ਼ਾਬਾਸ਼ ਦੇਖ ਲਓ ਵੀ ਦੁਬਈ ਦਾ ਏਅਰਪੋਰਟ ਆਪਾਂ ਰਾਈਟ ਹੀ ਆਉਣਾ ਨਾ ਆਪਾਂ ਤਾਂ ਰਾਈਟ ਲੈਣਾ ਤੂੰ ਕਿੱਧਰ ਨੂੰ ਘੁੰਮਦੇ ਹੱਥ ਮੈਨੂੰ ਥੱਲੇ ਕਰਕੇ ਯਾਰ ਹਸ਼ੂ ਹਾਰਾ ਯਾਨੀ ਆ ਲੈ ਫੜ ਆਹ ਅਰਬੀ ਬੋਲ ਲਈ ਦੀ ਆਪਾਂ ਇੱਕ ਦੋ ਲਫ਼ਜ਼ ਅਤੇ ਐਨ ਪੂਰੇ ਵਧੀਆ ਜਮਾ ਆ ਗਏ ਜੇ ਕਿਸੇ ਨੂੰ ਕੰਮ ਹੋਵੇ ਲੀਗਲ ਟਰਾਂਸਲੇਟਰ ਦਾ ਆਪਾਂ ਕੰਮ ਕਰ ਲਈਦਾ ਹੈਂ ਅਰਬੀ ਟੂ ਐਨੀ ਲੈਂਗੁਏਜ ਉਹ ਸੁਣਾਓ ਕਨੇਡਾ ਅਮਰੀਕਾ ਵਾਲੇ ਚਾਚਾ ਪਹੁੰਚ ਗਿਆ ਮਾਰਦਾ ਫਰਾਟੇ ਘਰਦਿਆਂ ਨਾਲ ਹੀ ਹੋਣਾ ਮਸਾਂ ਘਰ ਮਿਲਿਆ ਸ਼ੁਕਰ ਹੈ ਸ਼ੁਕਰ ਹੈ ਮਾਲਕ ਦਾ ਵਧੀਆ ਸਿਹਤਾਂ ਸੁਹਤਾਂ ਕਾਇਮ ਹੈ ਚੱਲ ਠੀਕ ਆ
ਚਲੋ ਵੀ ਮਿੱਤਰੋ ਗੱਲਬਾਤ ਹੋਰ ਕੁਛ ਕਰਨੀ ਹੈ ਕੋਈ ਆਉਣ ਵਾਲਾ ਫਿਊਚਰ ਦਾ ਤੇਰੀ ਪਲਾਨਿੰਗ ਤੇਰੇ ਸੀਕ੍ਰੇਟ ਦੱਸਣੇ ਇਹਨਾਂ ਨੂੰ ਮੈਂ ਕੋਈ ਨਹੀਂ ਕੋਈ ਜਿਹੜੇ ਤੂੰ ਪਿੱਛੇ ਕਾਰੇ ਕਰਕੇ ਆਇਆ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਜਾਂਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਰਨੇ ਆ ਦੱਸ ਦੇ ਨਹੀਂ ਕਰਦਾ ਯਾਰ ਮੇਰੇ ਸਿਰ ਪੈ ਜਾਂਦੀ ਆ ਮੈਂ ਕਰਦਾ ਠੀਕ ਆ ਪੈਂਦੀ ਆ ਹੱਥ ਕਰਨਾ ਥੱਲੇ ਸ਼ੂ ਫਾਦਾ ਹੁਣ ਕੈਮਰਾ ਵੀ ਮੈਂ ਤੈਨੂੰ ਸ਼ੀਸ਼ਾ ਲਾ ਕੇ ਤੈਨੂੰ ਕੋਲੇ ਰੱਖ ਦੇਣਾ ਉੱਥੇ ਦੇਖੀ ਆ ਕਰੀ ਸਾਈਡ ਮਿਰਰ ਤੇ ਸਾਡਾ ਨਾ ਹਲੇ ਬਣ ਨਹੀਂ ਰਿਹਾ ਮਤਲਬ ਮਾਹੌਲ ਜਿਹਾ ਉਹ ਕਿਤੇ ਅਸੀਂ ਪੌਡਕਾਸਟ ਨਾ ਆਪਦੇ ਹਰਕਤਾਂ ਆਪਦੀਆਂ ਗੱਲਾਂ ਲੇਜ਼ੀਪਨ ਜਿਹਨੂੰ ਕਹਿੰਦੇ ਆਪਾਂ ਅਤੇ ਜਿਗਾੜ ਜਿਹਾ ਲੱਗ ਰਿਹਾ ਜਿੱਦਣ ਲੱਗ ਗਿਆ ਉਹੀ ਅਸੀਂ ਵੇਟ ਕਰਦੇ ਹਾਂ ਕਿ ਫਿਰ ਆਪਾਂ ਆਪਦੀ ਪੌਡਕਾਸਟਿੰਗ ਸ਼ੁਰੂ ਕਰ ਦੇਣੀ ਹੈ ਹਾਸੀਆਂ ਖੇਡੀਆਂ ਸ਼ੁਰੂ ਕਰ ਦੇਣੀਆਂ ਫਿਰ ਆਪਾਂ ਚਲੀਏ ਫਿਰ ਗਿਆ ਕਿਤੇ ਹੁੱਕਾ ਹੱਕਾ ਤਾਂ ਪਲਾ ਕੇ ਲੈ ਗਿਆ ਛੋਟੇ ਚੱਲ ਗਿਆ ਚੱਲ ਸੈਟਰਡੇ ਚੱਲਦੇ ਹਾਂ ਸੈਟਰਡੇ ਸੰਡੇ ਸੈਟਰਡੇ ਸੰਡੇ ਸੰਡੇ ਹਾਂ ਸੰਡੇ ਚੱਲਦੇ ਸੰਡੇ ਨਾਈਟ ਔਰ ਸੈਟਰਡੇ ਨਾਈਟ ਛੁੱਟੀ ਛੁੱਟੀ 'ਚ ਨਹੀਂ ਜਾਣਾ ਯਾਰ ਛੁੱਟੀ 'ਚ ਨਹੀਂ ਜਾਣਾ ਛੁੱਟੀ 'ਚ ਪੂਰਾ ਗਾਹ ਹੋਣਾ ਬਾਅਦ ਚੱਲਾਂਗੇ ਨਹੀਂ ਵੀਕ ਦੀ ਛੁੱਟੀ ਤਾਂ ਹਾਂ ਉਹ ਤਾਂ ਜਾ ਸਕਦੇ ਹਾਂ ਈਅਰਲੀ ਛੁੱਟੀ ਤਾਂ ਨਹੀਂ ਚਲੋ ਬਾਈ ਠੀਕ ਆ ਅਤੇ ਜਿਹਨੇ ਜਿਹਨੇ ਆਉਣਾ ਸਾਡੇ ਨਾਲ ਹੋਕੇ 'ਤੇ ਆ ਜਾਇਓ ਆਪਾਂ ਇਨਵੀਟੇਸ਼ਨ ਪਾ ਦਾਂਗੇ ਖੁੱਲ੍ਹਾ ਅਤੇ ਮੋਸਟ ਵੈਲਕਮ ਸਾਰਿਆਂ ਨੂੰ ਚੰਗਾ ਜੀ ਬਾਬਾਸ